ਹਫ਼ਤਾ ਕੁ ਪਹਿਲਾਂ ਤਲਵੰਡੀ ਸਾਬੋ ਦੇ ਪਿੰਡ ਫਤਿਹਗੜ੍ਹ ਆਬਾਦ 'ਚ ਚਿੱਟੇ ਨਾਲ ਮਰੇ ਨੌਜਵਾਨ ਦੀਆਂ ਖਬਰਾਂ ਦੀ ਗੂੰਜ ਖਤਮ ਨਹੀਂ ਹੋਈ ਸੀ। ਪਿੰਡ ਦੇ ਨੌਜਵਾਨ ਨੂੰ ਨਸ਼ਿਆਂ ਨੇ ਨਿਗਲ ਲਿਆ ਅਤੇ ਚਿੱਟੇ ਨਾਲ ਪਿੰਡ ਦੇ ਨੌਜਵਾਨ ਸੁਖਪ੍ਰੀਤ ਸਿੰਘ ਦੀ ਮੌਤ ਹੋ ਗਈ, ਜਿਸ ਲਈ ਪਿੰਡ ਦੇ ਸਰਪੰਚ, ਮ੍ਰਿਤਕ ਦੀ ਮਾਤਾ ਅਤੇ ਤਾਏ ਨੇ ਸ਼ਰੇਆਮ ਨਸ਼ੇ ਵਿਕਣ ਦੀ ਗੱਲ ਆਖੀ। ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਨਸ਼ੇ ਖਤਮ ਕਰਨ ਦੇ ਵੱਡੇ ਵੱਡੇ ਦਾਅਵੇ ਕਰ ਰਹੀ ਹੈ, ਪਰ ਅਜੇ ਵੀ ਨੌਜਵਾਨ ਨਸ਼ਿਆਂ ਦੀ ਭੇਟ ਚੜ ਰਹੇ ਨੇ। ਤਾਜ਼ਾ ਮਾਮਲਾ ਸਬ ਡਿਵੀਜ਼ਨ ਤਲਵੰਡੀ ਸਾਬੋ ਦੇ ਪਿੰਡ ਫਤਿਹਗੜ੍ਹ ਆਬਾਦ ਦਾ ਹੈ। ਇੱਕ ਹੋਰ ਨੌਜਵਾਨ ਦੀ ਨਸ਼ੇ ਕਾਰਨ ਮੌਤ ਹੋਈ ਹੈ। ਆ ਜੋ ਤੁਸੀਂ ਤਸਵੀਰਾਂ ਸਕਰੀਨ 'ਤੇ ਦੇਖ ਰਹੇ ਹੋ, ਇਹ ਸੁਖਪ੍ਰੀਤ ਸਿੰਘ ਸਤਵੀਰ ਸਿੰਘ ਵਾਸੀ ਫਤਿਹਗੜ੍ਹ ਆਬਾਦ ਨਵਾਂ ਪਿੰਡ ਦੇ ਨੌਜਵਾਨ ਦੀ ਨਸ਼ੇ ਚਿੱਟੇ ਨਾਲ ਮੌਤ ਹੋ ਗਈ, ਜਿਸ ਦੇ ਪਿਤਾ ਦੀ ਬਹੁਤ ਸਮਾਂ ਪਹਿਲਾਂ ਮੌਤ ਹੋ ਚੁੱਕੀ ਅਤੇ ਮ੍ਰਿਤਕ ਨੌਜਵਾਨ ਦੋ ਭੈਣਾਂ ਦਾ ਇੱਕ ਭਰਾ ਦਾ ਸਭ ਤੋਂ ਵੱਡਾ ਭਰਾ ਸੀ ਅਤੇ ਪਰਿਵਾਰ ਨੂੰ ਉਸ ਤੋਂ ਵੱਡੀਆਂ ਆਸਾਂ ਸਨ, ਜੋ ਕਿ ਸਾਰੀਆਂ ਧਰੀਆਂ ਤਰਾਈਆਂ ਰਹਿ ਗਈਆਂ। ਮੇਰਾ ਨਾਮ ਮਲਕੀਤ ਸਿੰਘ ਹੈ ਜੀ, ਮੈਂ ਇਸੇ ਪਿੰਡ ਦਾ ਮੌਜੂਦਾ ਸਰਪੰਚ। ਕੀ ਮਾਮਲਾ ਹੋਇਆ, ਗੱਲਬਾਤ ਤੁਹਾਡੇ ਘਰ ਦੇ ਕੋਲ ਹੋਇਆ, ਕੀ ਮਾਮਲਾ? ਮਾਮਲਾ ਇਹ ਹੈ ਜੀ ਕਿ ਸਾਡੇ ਪਿੰਡ ਦੇ ਵਿੱਚ ਨਾ ਜੋ ਸ਼ਰੇਆਮ ਹੀ ਨਸ਼ਾ ਵਿਕਦਾ, ਬਾਹਰੋਂ ਆ ਕੇ ਵੀ ਵੇਚਦੇ ਆ ਲੋਕ, ਅਤੇ ਹੋ ਸਕਦਾ ਪਿੰਡ ਦੇ ਵੀ ਉਹਨਾਂ ਨਾਲ ਮਿਲੇ ਹੈ, ਕੁਛ ਲੋਕ ਹੁੰਦੇ ਹੀ ਆ ਪਿੰਡਾਂ ਦੇ ਵਿੱਚ। ਜੋ ਇੱਕ ਬੱਚਾ ਪਹਿਲਾਂ ਵੀ 10 ਦਿਨ ਪਹਿਲਾਂ ਉਹਦੀ ਡੈਥ ਹੋਈ ਹੈ, ਇਹ ਵੀ ਇਸ ਚਿੱਟੇ ਨਾਲ ਹੀ ਹੋਈ ਸੀ। ਇਹ ਜੋ ਸੁਖਪ੍ਰੀਤ ਸਿੰਘ ਸਨ ਆਫ ਸਤਵੀਰ ਸਿੰਘ, ਸਤਵੀਰ ਸਿੰਘ ਦੀ ਡੈਥ ਕਾਫੀ ਸਾਲ ਪਹਿਲਾਂ ਹੋ ਗਈ ਸੀ, ਤੇ ਇਹ ਬੱਚਾ ਵੀ ਇਹ ਨਸ਼ੇ ਦੇ ਕਾਰਨ ਹੀ ਮਰਿਆ, ਕਿਉਂਕਿ ਕਾਫੀ ਆਦੀ ਹੋ ਗਿਆ ਸੀ, ਇਹਦਾ ਸਿਸਟਮ ਅੰਦਰੋਂ ਖਤਮ ਹੋ ਚੁੱਕਿਆ ਸੀ ਬਿਲਕੁਲ ਵੀ, ਤੇ ਡਾਕਟਰਾਂ ਨੇ ਵੀ ਜਵਾਬ ਦੇ ਦਿੱਤਾ ਸੀ, ਤੇ ਘਰ ਦੀ ਹਾਲਤ ਵੀ ਖਸਤਾ ਹੀ ਹੈ। ਮਾਂ ਨੇ ਨਾ ਬੜੇ ਦਿਹਾੜੀਆਂ ਕਰਕੇ ਨਰੇਗਾ 'ਚ ਜਾਣਾ, ਕਦੇ ਕਿਸੇ ਦੇ ਜਾਣਾ, ਕਦੇ ਜ਼ਿਮੀਂਦਾਰਾਂ ਦੇ ਜਾਣਾ, ਤੇ ਬੜੇ ਮੁਸ਼ਕਿਲ ਨਾਲ ਪਾਲੇ ਸੀ ਬੱਚੇ ਇਹ। ਇਹ ਵੱਡਾ ਸੀਗਾ, ਇੱਕ ਛੋਟਾ ਉਹਦਾ ਭਾਈ ਹੈ, ਤੇ ਇਹ ਵੱਡਾ ਮੁੰਡਾ ਆਇਆ ਸੀ, ਉਹਨਾਂ ਨੂੰ ਵੀ ਸਹਾਰਾ ਬਣ ਜੂ ਸਾਡਾ, ਲੇਕਿਨ ਸਹਾਰਾ ਅੱਜ ਛੱਡ ਕੇ ਚਲਾ ਗਿਆ। ਇੱਕ ਗੁੱਡੀ ਵੀ, ਦੋ ਭੈਣਾਂ ਜੀ ਉਹਨਾਂ ਦੇ, ਇੱਕ ਦੀ ਸ਼ਾਦੀ ਹੋਈ ਹੈ, ਇੱਕ ਅਜੇ ਕੁਆਰੀ ਲੜਕੀ ਹੈ। ਤੇ ਕੀ ਮੰਗ ਕਰਨਾ ਚਾਹੁੰਦੇ ਹੋ ਪੁਲਿਸ ਪ੍ਰਸ਼ਾਸਨ ਨੂੰ? ਕਦੇ ਸਰਪੰਚ ਹੋਣ ਦੇ ਨਾਤੇ ਤੁਸੀਂ ਦੱਸਿਆ ਵੀ ਐਂ ਕਰਕੇ ਸਾਡੇ ਸਰੇਆਮ ਚਿੱਟਾ ਵਿਕਦਾ, ਕਦੇ ਪੁਲਿਸ ਨੇ ਕੋਈ ਕਾਰਵਾਈ ਕਰੀ? ਅਸੀਂ ਜੇ ਨਸ਼ਾ ਜੋ ਵਿਰੋਧੀ ਇੱਕ ਕਮੇਟੀ ਵੀ ਬਣਾਈ ਸੀ, ਅਸੀਂ 20-25 ਬੰਦੇ ਵੀ ਲੈ ਕੇ ਗਏ, ਜਾਂ ਉਸ ਤੋਂ ਵੀ ਜ਼ਿਆਦਾ ਹੋਵਾਂਗੇ ਸ਼ਾਇਦ। ਉਹਨਾਂ ਨੂੰ ਸਾਰਾ ਮਤਲਬ ਆਪਣੇ ਅਰਜ਼ ਰਿਪੋਰਟ ਜੋ ਵੀ ਅਸੀਂ ਲਿਖਾਈ, ਇੱਕ ਬੰਦਾ ਫੜਾ ਵੀ ਦਿੱਤਾ ਸੀ ਉਹਨਾਂ ਦਿਨਾਂ ਦੇ ਵਿੱਚ, ਅਤੇ ਚਲੋ ਉਸਦੇ ਕੋਲੋਂ ਕੁਛ ਮਿਲਿਆ ਨਹੀਂ ਸੀ, ਇਸ ਕਰਕੇ ਉਹ ਛੱਡ ਦਿੱਤਾ ਗਿਆ। ਉਸ ਤੋਂ ਬਾਅਦ ਵੀ ਬਹੁਤ ਐਸੇ ਸਾਡੇ ਪਿੰਡ ਦੇ ਵਿੱਚ ਸ਼ਮਸ਼ਾਨ ਘਾਟ, ਵਾਟਰ ਬੱਸ ਸਕੂਲ, ਇਹਨਾਂ 'ਤੇ ਆਮ ਹੀ ਬੈਠੇ ਰਹਿੰਦੇ ਆ, ਜੋ ਚਿੱਟਾ ਖਾਣ ਵਾਲੇ ਵੀ, ਚਿੱਟਾ ਵੇਚਣ ਵਾਲੇ ਵੀ। ਪੁਲਿਸ ਵਾਲੇ ਕਦੇ ਇੱਕ ਮਤਲਬ ਸੀਰੀਅਸਲੀ ਨਹੀਂ ਆਏ ਕਦੇ ਵੀ, ਆਪਣੇ ਗਲੀਆਂ ਵਿੱਚ ਦੀ ਗੱਡੀ ਲੈ ਕੇ ਲੰਘ ਗਏ, ਅਤੇ ਕੋਈ ਕਾਰਵਾਈ ਕੋਈ ਨਹੀਂ ਹੈ ਜੀ ਸਾਡੇ ਪਿੰਡ ਦੇ ਨਾ। ਪੁਲਿਸ ਕਹਿੰਦੀ ਕਸਕ ਓਪਰੇਸ਼ਨ ਚਲਾਇਆ ਸੀ, ਵੱਡੇ ਵੱਡੇ ਓਪਰੇਸ਼ਨ ਚਲਾਏ ਆ, ਅਸੀਂ ਪਿੰਡ ਦੇ ਵਿੱਚ ਜਾਂਦੇ ਰਹਿੰਦੇ ਹਾਂ, ਕਦੇ ਆਏ ਆ ਕੋਈ ਵੱਡੀ ਮੁਹਿੰਮ ਤੁਹਾਡੇ ਪਿੰਡ? ਸਾਡੇ ਪਿੰਡ ਜੀ ਕਦੇ ਵੀ ਕੋਈ ਵੱਡੀ ਮੁਹਿੰਮ ਨਹੀਂ ਹੋਈ, ਕਦੇ ਵੀ ਕੋਈ ਬਹੁਤ ਕਈ ਸਾਲ 2 ਸਾਲ ਪਹਿਲੇ ਇੱਕ ਆਏ ਸੀ ਕੋਈ STF ਵਾਲੇ, ਉਹ ਵੀ ਕੋਈ ਇੰਨਾ ਕੋਈ ਬਹੁਤ ਵੱਡਾ ਉਹ ਨਹੀਂ ਸੀ, ਅਤੇ ਅਸੀਂ ਜਿਹੜਾ ਕਾਸਕੋ ਵਾਲਾ ਗੱਲ ਹੈ, ਅਤੇ ਸਾਡੇ ਪਿੰਡ ਦੇ ਵਿੱਚ ਪਤਾ ਵੀ ਨਹੀਂ ਕਿ ਕੋਈ ਉਹ ਨਸ਼ੇ ਕਰ ਰਹੇ। ਨਸ਼ੇ ਤਾਂ ਬਹੁਤ ਕਰ ਰਿਹਾ ਜੀ ਸਾਡੇ ਪਿੰਡ ਦੇ ਵਿੱਚ, ਅਤੇ ਅਸੀਂ ਹੁਣ ਜੋ ਮੈਂ ਕਈ ਵਾਰੀ ਮਿਲਿਆ ਜਾ ਕੇ ਥਾਣੇ ਦੇ ਵਿੱਚ, ਅਤੇ ਲੇਕਿਨ ਕੋਈ ਕਾਰਵਾਈ ਨਹੀਂ, ਅਸੀਂ
ਐਮਐਲਏ ਸਾਹਿਬ ਨੂੰ ਵੀ ਸਾਡੇ ਨੂੰ ਕਹਿਣਾ ਚਾਹੁੰਦੇ ਆ, ਪ੍ਰੋਫੈਸਰ ਬਲਜਿੰਦਰ ਕੌਰ ਨੂੰ ਕਿ ਤੁਹਾਡੇ ਨਾਲ ਪਿੰਡ ਆ ਸਾਡਾ, ਤੇ ਤੁਸੀਂ ਕਹਿ ਕੇ ਕਿਸੇ ਨੂੰ ਜੋ ਐਸਐਸਪੀ ਸਾਹਿਬ ਵਗੈਰਾ ਨੂੰ ਕਹਿ ਕੇ ਸਾਡੇ ਪਿੰਡ ਦੇ ਵਿੱਚ ਸਖਤੀ ਕਰਾਓ, ਜੋ ਬਾਹਰੋਂ ਆਉਂਦੇ ਆ ਜਾਂ ਸਾਡੇ ਪਿੰਡ ਦੇ ਕੋਈ ਮਿਲੇ ਆ ਉਹਨਾਂ ਨਾਲ, ਤੇ ਉਹਨਾਂ ਤੇ ਕੋਈ ਸਖਤ ਕਾਰਵਾਈ ਕਰੋ। ਮੰਗ ਕੀ ਕਰਨਾ ਚਾਹੁੰਦੇ ਪੰਜਾਬ ਦੇ ਮੁੱਖ ਮੰਤਰੀ ਤੋਂ? ਹੁਣ ਕਹਿੰਦੇ ਆ ਵੀ ਮਤਲਬ ਅਸੀਂ ਮੁਹਿੰਮ ਚਲਾਵਾਂਗੇ, ਕੀ ਕਹਿਣਾ ਚਾਹੁੰਦੇ ਤੁਸੀਂ? ਕੋਈ ਮੰਗ ਖਾਸ ਕਰਨਾ ਸਰਪੰਚ ਹੋਣ ਦੇ ਨਾਤੇ? ਮੰਗ ਇਹੀ ਹੈ ਜੀ, ਅਸੀਂ ਕਿਸੇ ਪਾਰਟੀ ਨੂੰ ਨਹੀਂ ਬਲੇਮ ਕਰਦੇ ਤੇ ਅਸੀਂ ਕਿਸੇ ਸਰਕਾਰ ਨੂੰ ਨਹੀਂ। ਉਹ ਕਹਿੰਦੇ ਵੀ ਤੁਹਾਡਾ ਇਹ ਉਹ ਇਹਨੇ ਇਹ ਕੀਤਾ, ਇਹਨੇ ਇਹ ਕੀਤਾ, ਨਸ਼ਾ ਪਹਿਲਾਂ ਵੀ ਵਿਕਦਾ ਸੀ ਤੇ ਹੁਣ ਜ਼ਿਆਦਾ ਹੋ ਗਿਆ। ਸਰਕਾਰ ਲਿਆਂਦੀ ਸੀ ਬਦਲਾਅ ਵਾਸਤੇ ਤੇ ਇਹਨਾਂ ਨੇ ਵਾਅਦੇ ਵੀ ਕੀਤੇ ਸੀ ਬਹੁਤ ਜ਼ਿਆਦਾ, ਲੇਕਿਨ ਉਸ ਤੋਂ ਵੀ ਜ਼ਿਆਦਾ ਨਸ਼ਾ ਸਾਡੇ ਪਿੰਡ ਦੇ ਵਿੱਚ ਤਾਂ ਨਸ਼ਾ ਜ਼ਿਆਦਾ ਹੋ ਗਿਆ, ਬਾਕੀ ਕਹਿ ਨਹੀਂ ਸਕਦੇ। ਕਿਲੋਮੀਟਰ ਥਾਣੇ ਤੋਂ ਪਿੰਡ? ਥਾਣੇ ਤੋਂ ਸਿਰਫ 5 ਕਿਲੋਮੀਟਰ, ਜ਼ਿਆਦਾ ਤੋਂ ਜ਼ਿਆਦਾ 5 ਕਿਲੋਮੀਟਰ ਹੈ ਜੀ। ਕੀ ਨਾਂ ਤੁਹਾਡਾ ਜੀ? ਮੇਰਾ ਨਾਂ ਜਗਤਾਰ ਸਿੰਘ ਹੈ ਜੀ। ਪਿੰਡ ਕਿਹੜਾ ਜੀ? ਫਤਿਹਗੜ੍ਹ ਨਾਮਾ ਦਾ ਜੀ, ਤਹਿਸੀਲ ਤਲਵੰਡੀ ਸਾਬੋ ਜ਼ਿਲ੍ਹਾ। ਕੀ ਕਹਿਣਾ ਚਾਹੁੰਦਾ ਤੁਸੀਂ ਆਹ ਮੁੰਡੇ ਦੀ ਜਿਹੜੀ ਡੈਥ ਹੋਈ ਹੈ, ਇਹ ਕਿੰਨੇ ਹੋਈ ਹੈ ਤੇ ਕੀ ਨਾਂ ਸੀ ਮੁੰਡੇ ਦਾ? ਇਹ ਮੁੰਡਾ ਜਿਹੜਾ ਮ੍ਰਿਤਕ ਹੈ ਜੀ, ਸੁਖਪ੍ਰੀਤ ਸਿੰਘ ਇਹਦਾ ਨਾਂ ਹੈ, ਸਤਵੀਰ ਸਿੰਘ ਇਹਦੇ ਡੈਡੀ ਦਾ ਨਾਂ ਗਾ, ਉਹਦੀ ਡੈਥ ਹੋਈ ਹੋਈ ਹੈ ਸਤਵੀਰ ਸਿੰਘ ਦੀ, 10-12 ਸਾਲ ਹੋ ਗਏ ਆ। ਤੇ ਇਹਦੀ ਮਾਤਾ ਨੇ ਇਹ ਅਸਲ ਦਿਹਾੜੀ ਜੱਪੇ ਕਰਕੇ ਜਾਂ ਕੋਈ ਕਿਵੇਂ ਵੀ ਗੋਹਾ ਗੂੜਾ ਕਰਕੇ ਪਾਲਿਆ ਸੀ। ਜਦੋਂ ਇਹ ਕਮਾਉਣ ਜੋਗਰਾ ਹੋਇਆ, ਇਹ ਇਹੋ ਜਿਹੇ ਬੰਦਿਆਂ ਦੇ ਧੱਕੇ ਚੜਿਆ ਕਿ ਇਹਨੂੰ ਚਿੱਟੇ ਦੇ ਨਾਲ ਲਾਤਾ, ਟੀਕੇ ਲਾਉਣ ਲੱਗ ਗਿਆ। ਅੱਜ ਹੀ ਹੋ ਗਿਆ ਸੀ ਇਹਨੂੰ, ਹੋ ਗਿਆ ਵੀ 1.5-2 ਸਾਲ ਵਾਂਗੂ ਹੋ ਗਿਆ ਇਹਨੂੰ ਚਿੱਟਾ ਲਾਉਣ ਦੇ। ਕਦੇ ਕੋਈ ਪੁਲਿਸ ਪ੍ਰਸ਼ਾਸਨ ਕੋਲੇ ਗੱਲ ਕਰੀ ਹੋਵੇ? ਨਹੀਂ, ਪੁਲਿਸ ਪ੍ਰਸ਼ਾਸਨ ਦੇ ਕੋਲੇ ਤਾਂ ਅਸੀਂ ਕੋਈ ਗੱਲ ਨਹੀਂ ਕਰੀ। ਇੱਕ ਕੁਛ ਕੁ ਦਿਨ ਹੋ ਗਏ ਪਹਿਲਾਂ, ਸਾਡੇ 5-4 ਕੁ ਦਿਨ ਹੀ ਹੋਏ ਆ, ਸਾਡੇ ਇੱਕ ਮੁੰਡੇ ਡੈਥ ਹੋਈ ਸੀਗੀ, ਉਹਦਾ ਭੋਗ ਪਿਆ। ਹਾਂਜੀ, ਉਹ ਵੀ ਓਵਰਡੋਜ ਨਸ਼ੇ ਨਹੀਂ ਹੋਇਆ ਗਾ। ਗੁਰਦਿੱਤ ਸਿੰਘ ਸੀਗਾ, ਉਹਦੇ ਪਿਤਾ ਦਾ ਨਾਂ ਗੁਰਮੇਲ ਸਿੰਘ ਸੀਗਾ, ਵੈਸੇ ਖਬਰ ਵੀ ਲੱਗੀ ਹੋਈ ਆ ਉਹਦੇ ਬੰਦੇ ਦੀ। ਆ ਵੀ ਚਿੱਟੇ ਨਾਲ ਹੀ ਕਹਿੰਦੇ ਤੁਸੀਂ ਮੌਤ? ਹਾਂਜੀ, ਇਹ ਚਿੱਟੇ ਨਾਲ ਹੀ ਹੋਇਆ ਜੀ। ਅੱਜ ਹੀ ਹੋ ਗਿਆ ਸੀਗਾ, ਪਰ ਉਹ ਭੰਨ ਤੋੜ ਕਰਦਾ ਸੀ, ਕੁੜੀਆਂ ਤੋਂ ਪੈਸੇ ਮੰਗਦਾ ਰਹਿੰਦਾ ਤੇ ਬਹੁਤ ਜ਼ਿਆਦਾ ਚਿੱਟਾ ਵਗੈਰਾ ਖਾਣ ਲੱਗ ਗਿਆ ਸੀ। ਪਿੰਡ 'ਚ ਕਿੰਨਾ ਕੁ ਵਿਕਦਾ ਜੀ? ਪਿੰਡ 'ਚ ਸ਼ਰੇਆਮ ਹੀ ਵਿਕਦਾ ਰਹਿੰਦਾ। ਨਹੀਂ, ਪੁਲਿਸ ਪ੍ਰਸ਼ਾਸਨ ਕਹਿੰਦੀ ਅਸੀਂ ਰੇਡ ਮਾਰਦੇ ਹਾਂ, ਮੁੱਖ ਮੰਤਰੀ ਮਾਰ ਜਾਂਦੇ ਆ ਜੀ, ਮਾਰਦੇ ਹੈਗੇ, ਅਸੀਂ ਕਿਸੇ ਦਾ ਨਾਂ ਨਹੀਂ ਲੈਣਾ ਚਾਹੁੰਦੇ। ਅਸੀਂ ਤਾਂ ਪ੍ਰਸ਼ਾਸਨ ਨੂੰ ਇਹ ਕਹਿੰਦੇ ਵੀ ਸਾਡੇ 2 ਕੇਸ ਹੋ ਗਏ, ਉਹ ਵੀ ਸਾਡੇ ਆਪਦੇ ਬੰਦਾ ਸੀ, ਇਹ ਸਾਡਾ ਜਮਾ ਸਕਾ ਮੇਰਾ ਭਤੀਜਾ, ਮੇਰੇ ਵੱਡੇ ਭਾਈ ਦਾ ਲੜਕਾ। ਸਾਨੂੰ ਅੱਜ ਇਹ ਹੈਗਾ ਵੀ ਅੱਜ ਸਾਡੇ ਘਰਾਂ ਦੇ ਵਿੱਚ 70 ਵਿਛਿਆ ਹੋਇਆ, ਵੀ ਪ੍ਰਸ਼ਾਸਨ ਨੂੰ ਅਸੀਂ ਇਹੀ ਕਹਿੰਦੇ ਆ ਵੀ ਹੱਥ ਜੋੜ ਕੇ ਬੇਨਤੀ ਸਾਡੀ ਇਹ ਆ ਕਿ ਵੀ ਹੋਰ ਨਾ ਕਿਸੇ ਦਾ ਮਰੇ, ਵੀ ਅੱਜ ਜਿਹੜਾ 70 ਸਾਡੇ ਘਰੇ ਵਿਛਿਆ ਵੀ ਕਿਸੇ ਦੇ ਘਰ ਹੋਰ ਨਾ ਵਿਛਿਆ। ਬਸ ਮੰਗ ਕੀ ਕਰਦੇ ਹੋ? ਮੰਗ ਤਾਂ ਬਸ ਅਸੀਂ ਇਹੀ ਕਹਿੰਦੇ ਹਾਂ ਜੀ, ਬਸ ਵੀ ਆਹ ਜਿਹੜਾ ਚਿੱਟਾ ਵਗੈਰਾ ਵਿਕਦਾ, ਪ੍ਰਸ਼ਾਸਨ ਆ ਕੇ ਇਹਨੂੰ ਮਾੜਾ ਮੋਟਾ ਨੱਥ ਪਾਵੇ ਤਾਂ ਭਰੋਸਾ। ਕਦੇ ਤੁਸੀਂ ਗੱਲਬਾਤ ਕਰੀ ਹੋਵੇ ਡੀਐਸਪੀ ਜਾਂ ਕੋਈ ਮਤਲਬ? ਨਹੀਂ, ਅਸੀਂ ਕਿਸੇ ਨਾਲ ਨਹੀਂ ਕਰੀ। ਉਹ ਆਉਂਦੇ ਆ, ਕਸਕ ਆਪਰੇਸ਼ਨ ਚੱਲਦਾ? ਹਾਂਜੀ, ਉਹ ਕਦੇ ਕਦੇ ਕੀੜਾ ਮਾਰ ਜਾਂਦੇ ਜੀ, ਆਉਂਦੇ ਵੀ ਆ। ਆਹ ਸਾਡੇ ਪਿੱਛੇ ਜੇ ਕੇਸ ਹੋ ਗਿਆ, ਉਦੋਂ ਵੀ ਆਏ ਸੀ ਸ਼ਾਇਦ, ਮੈਨੂੰ ਲੱਗਦਾ SHO ਸਾਹਿਬ ਆਪ ਆ ਜਾਣਾ, ਮੈਂ ਹੈ ਨਹੀਂ ਸੀਗਾ ਇੱਥੇ, ਸਾਨੂੰ ਪਤਾ ਨਹੀਂ ਹੈਗਾ ਵੀ ਆ ਕੇ ਗਏ, ਤਾਂ ਦੱਸਣ ਦੇ ਮੁਤਾਬਕ ਵੀ ਆ ਕੇ ਗਏ ਆ ਬੰਦਾ। ਪ੍ਰਸ਼ਾਸਨ ਜੀ ਆਪ ਹੀ ਮਾੜਾ ਜਿਹਾ ਹੁਕਮ ਕਰਕੇ ਇਹਨਾਂ ਨੂੰ ਨੱਥ ਪਾਵੇ ਤਾਂ ਚੰਗਾ। ਕੀ ਗੱਲਬਾਤ ਹੋਈ ਸੀ ਮੁੰਡੇ ਦੀ ਮੌਤ ਹੋਈ ਆ? ਕਾਹਦੇ ਨਾਲ ਮੌਤ ਹੋਈ? ਮੌਤ ਅਜੇ 3 ਸਾਲ ਹੋ ਗਏ ਸੀ। ਨਸ਼ੇ ਵਾਧੂ ਆ ਸਾਡੇ ਤਾਂ, ਵਿਹੜੇ 'ਚ ਵਾਧੂ ਵਿਕਦਾ ਤੇ ਵਾਧੂ ਖਾਂਦੇ ਆ ਲੋਕ। ਕੀ ਖਾਂਦੇ? ਨਸ਼ਾ ਚਿੱਟਾ ਵਾਧੂ। ਕੀ ਨਾਂ ਸੀ ਮੁੰਡੇ ਦਾ ਜੀ? ਸੁਖਪ੍ਰੀਤ ਸਿੰਘ ਜੀ। ਇਕੱਲਾ ਹੀ ਬੇਟਾ ਸੀ ਜੀ? ਨਹੀਂ ਜੀ, 2 ਬੇਟੇ ਆ। ਅੱਛਾ।
ਪਹਿਲਾਂ ਤੁਸੀਂ ਪੁਲਿਸ ਪ੍ਰਸ਼ਾਸਨ ਜਾਂ ਕਿਸੇ ਨਾਲ ਕੋਈ ਗੱਲਬਾਤ ਕਿਹਾ ਸੀ ਵੀ ਇੱਥੇ ਦੇਖਦਾ ਪਿੰਡ ਵਾਲੇ ਕਹਿੰਦੇ? ਨਹੀਂ ਸਰ, ਅਸੀਂ ਕੋਈ ਗੱਲ ਨਹੀਂ ਕਰੀ ਕਿਤੇ। ਹੁਣ ਜਦੋਂ ਸਾਡੇ ਕਾਰਜ ਨੂੰ ਰੁੱਗ ਭਰਿਆ ਮੇਰੇ, ਹੁਣ ਮੈਂ ਕਹਿੰਦੀ ਹਾਂ, ਹੁਣ ਮੈਂ ਕਹਿੰਦੀ ਹਾਂ ਵੀ ਸਾਡੇ ਵਿਕਦਾ ਸਾਡਾ ਗੁੜ ਚਾਹ ਵਾਂਗ ਵਿਕਦੇ ਆ ਇੱਥੇ। ਮੁੰਡੇ ਦੀ ਮੌਤ ਫਿਰ ਕਿਵੇਂ ਹੋਈ? ਐਵੇਂ ਡਿਗਰੀ ਚਿੱਟੇ ਨਾਲ ਹੀ ਹੋ ਸਕਦਾ ਸਰ? ਚਿੱਟਾ ਲਾਇਆ ਕਿ ਕੀ ਕਰਿਆ ਮੈਨੂੰ ਤਾਂ ਪਤਾ ਨਹੀਂ। ਹੁਣ ਵੀ ਮੇਰੇ ਤਾਂ ਬੋਲਣੋ ਹੀ ਹਟ ਗਿਆ ਸੀ। ਅੱਛਾ, ਮੈਂ ਤਾਂ ਕੁਛ ਨਹੀਂ ਕਹਿ ਸਕਦੀ ਸਰ। 4 ਦਿਨ 5 ਦਿਨ ਹੁਣ ਦਾਖਲ ਰੱਖਿਆ ਮੈਂ, 3-4 ਹੋਸਪਿਟਲ ਬਦਲ ਲਏ। ਡੈਡੀ ਹੈ ਨਹੀਂ, ਮੈਂ ਤਾਂ ਇਕੱਲੀ ਜਣੀ ਸੀ, ਕਦੇ ਕਿੱਧਰ ਭੱਜਦੀ ਸੀ ਕਦੇ ਕਿੱਧਰ ਭੱਜਦੀ ਸੀ, ਮੇਰੇ ਤਾਂ ਕੋਈ ਨਾਲ ਸਾਥੀ ਵੀ ਹੈ ਨਹੀਂ ਸੀਗਾ। ਅਤੇ ਗੱਲ ਕਰ, ਮੇਰਾ ਅੱਜ 24 ਸਾਲਾਂ ਦਾ ਪੁੱਤ ਗਿਆ। ਕੀ ਮੰਗ ਕਰਦੇ ਹੋ ਪੁਲਿਸ ਪ੍ਰਸ਼ਾਸਨ ਤੋਂ ਜਾਂ ਸਰਕਾਰ ਤੋਂ, ਮੁੱਖ ਮੰਤਰੀ ਤੋਂ ਕੀ ਕਹਿਣਾ ਚਾਹੁੰਦੇ? ਮੈਨੂੰ ਪਤਾ ਸਰ, ਜਿਵੇਂ ਮੇਰੇ ਨਾਲ ਬੀਤੀ ਜਾਂਦੀ ਆ, ਮੇਰੇ ਢਿੱਡ ਚੱਤਣਾ ਦੇਈ ਜਾਂਦਾ ਮੇਰਾ ਪੁੱਤ। ਜਿਵੇਂ ਬੱਚੇ ਦਾ ਮਤਲਬ ਡੈਡੀ ਹੈ ਨਹੀਂ ਸੀ, ਤੁਸੀਂ ਮਸਾਂ ਪਾਲਣ ਪੋਸ਼ਣ ਕੀਤਾ? ਹਾਂਜੀ ਸਰ। ਮੁੰਡਾ ਕੀ ਕਰਦਾ ਸੀ? ਸਰ ਸਲੂਨ ਦਾ ਕੰਮ ਸਿੱਖ ਕੇ ਮੁੜ ਕੇ ਘਰੇ ਬੈਠ ਗਿਆ, ਬਸ ਇਹਦੋਂ ਨਸ਼ਾਂ ਚ ਪੈ ਗਿਆ। ਤੁਹਾਨੂੰ ਆਸ ਸੀਗੀ ਵੀ ਮੁੰਡਾ ਹੁਣ ਕਮਾਊਗਾ? ਸਰ ਸੀਗੀ, ਜਦੋਂ ਡੈਡੀ ਮੁੱਕ ਗਿਆ ਮੈਨੂੰ ਤਾਂ ਆਏ ਸੀ ਮੇਰਾ ਸਹਾਰਾ ਹੋ ਗਿਆ, ਤੇ ਮੈਨੂੰ ਤਾਂ ਉਹਨੇ ਵੀ ਗੁੰਜੇ ਸਿੱਟਤਾ। ਕੱਲ ਪਰ ਤੁਹਾਡੇ ਪਿੰਡ ਇੱਥੇ ਇੱਕ ਹੋਰ ਵੀ ਮਰਿਆ ਮੁੰਡਾ? ਹਾਂਜੀ ਸਰ, ਮਰਿਆ ਉਹਦਾ ਅਜੇ ਭੋਗ ਨਹੀਂ ਪਿਆ ਮਿਲਦਾ ਜੀ, ਪਾਇਆ ਜਾ ਸਰ ਪਰਸੋਂ ਪੈ ਗਿਆ। ਹੁਣ ਮੰਗ ਕਰਨਾ ਚਾਹੁੰਦਾ ਵੀ ਬੰਦ ਹੋਣਾ ਚਾਹੀਦਾ? ਹਾਂ ਸਰ, ਬੰਦ ਹੋਣਾ ਚਾਹੀਦਾ। ਜੋ ਨਿਕਲ ਜੇ ਚਿੱਟਾ। ਹਾਂ ਸਰ, ਕਹਿੰਦੇ ਆ ਵੀ ਬੰਦ ਹੋਣਾ ਚਾਹੀਦਾ ਜੀ। ਮੈਂ ਕਹਿੰਦੀ ਵੀ ਜਿਹੜੇ ਰਸਤੇ ਅੱਜ ਮੈਂ ਪੈ ਗਈ, ਮੇਰੀ ਭੈਣ ਕੋਈ ਮੇਰਾ ਵੀਰ ਨਾ ਪਵੇ, ਅੱਜ ਜਿਹੜੇ ਮੇਰਾ ਪਿਆ ਜਾ ਰਿਹਾ ਨਾ, ਜਿਹੜੇ ਰਸਤੇ ਬੱਚੇ ਕਿਸੇ ਦੇ ਨਾ ਪੈਣ, ਮੈਂ ਤਾਂ ਕਹਿੰਦੀ ਸੱਤੀ ਹੱਥੀ ਕਹਿੰਦੀ ਹਾਂ ਮੈਂ। ਪੁਲਿਸ ਤਾਂ ਕਹਿੰਦੀ ਕਦੇ ਇੱਥੇ ਦਿਖਦੇ ਨਹੀਂ, ਕਹਿੰਦੇ ਅਸੀਂ ਰੋਜ਼ ਰੇਡ ਮਾਰਦੇ। ਕੀ ਪਤਾ ਸਰ, ਸਾਨੂੰ ਤਾਂ ਪਤਾ ਨਹੀਂ, ਮਿੰਟਾਂ 'ਚ ਜੇ ਇੱਕ ਦੂਜੇ ਨਾਲ ਕਿਵੇਂ ਇੱਕ ਦੂਜੇ ਦੇ ਨਾਲ ਹੱਥ ਚਲਾ ਔਟ ਮਿਲਾ ਕੇ ਕਿਵੇਂ ਵੱਲ ਦਿੰਦੇ ਨਾ। ਬਠਿੰਡਾ ਤੋਂ ਹਰਮਿੰਦਰ ਸਿੰਘ, ਅਵਿਨਾਸ਼ ਦੀ ਰਿਪੋਰਟ।